ਮੈਨੂੰ ਸੱਪਾਂ ਦਾ ਲੱਗਣ ਦਾ ਕੀ ਕਰਨ ਦੇ ਤੀ ਸੁੱਤੀ ਨਹੀਂ ਮੈਂ ਕਦੋਂ ਸੁੱਤੀ ਮੈਂ ਸੱਪਾਂ ਦਾ ਲੱਗਣਿਆ ਮੈਨੂੰ ਉਹਦਾ ਮੇਰੀ ਮਾਰੀ ਦੀ ਸੁਰਤੀ ਲੱਗੀ ਰੱਬ ਦੇ ਨਾਲ ਨਹੀਂ ਹਾਂ ਸੱਪਾਂ ਦਾ ਲੱਗਣਿਆ ਆ ਤੂੰ ਹੱਸ ਕੇ ਅਚੇ ਜੇ ਪੈਨੇ ਚ ਖੋਰਣ ਡਿਆ ਹੁਣ ਮਰ ਜੇ ਡਰਾਂਗ ਤੇ ਖੋਰਣ ਡਿਆ ਹੁਣ ਕੀ ਕਰਨ ਡਿਆ ਕੀ ਕਰਨ ਡਿਆ ਝੌਂਪੜੀ ਜੀ ਬਣਾ ਕੇ ਪਿੱਛੇ ਪਾੜ ਦੇ ਵਾਕੇ ਤੇ ਕਿਤੇ ਮਾਰ ਵਿੱਚੋਂ ਸੂਰਜ ਕੱਢ ਕੜੀਆ ਤੇ ਖੱਟੇ ਰੰਗ ਦਾ ਸਕੈਚ ਪੈਨੇ ਖੋਰ ਖੋਰ ਕੇ ਤੇ ਕਿਤੇ ਅੱਗ ਲਾਤੀ ਹੋਣੀ ਤੂੰ ਕੀ ਕਰਨਿਆ ਕੀ ਕਰਨਿਆ ਨਾਲੇ ਕਿੰਨੀ ਮੱਖੀ ਅੰਦਰ ਵਾਰਦੀ ਮੱਖੀ ਸਾਰੀ ਵਾਰਦੀ ਕਿਤੇ ਮੈਂ ਫਨੈਲ ਪਾ ਪਾ ਕਹਿੰਦੇ ਕਿਤੇ ਮੈਂ ਲੀਰਾ ਬੋਕਰਾਂ ਕੀਤੀਆਂ ਮੇਰੀ ਕਿਤੇ ਬਾਹ ਨਹੀਂ ਸੌਂਗੀ ਫਨੈਲ ਦਾ ਜ਼ਹਿਰ ਚੜ ਚੜ ਕੇ ਇੱਕ ਪਾਸਿਓ ਤੇ ਪਰਦਾ ਚੁੱਕ ਕੇ ਕਦੀ ਉੱਥੇ ਮਰਨਿਆ ਕਦੀ ਇਧਰ ਨੂੰ ਸਾਰੀ ਮੱਖੀ ਅੰਦਰ ਵਾਰਦੀ ਜੋ ਜੋ ਬਰਾਤ ਅੰਤਰੀ ਅੰਦਰ ਵਾਰਦੀ ਤੂੰ ਸਾਰੀ ਦੋ ਘੜੀਆਂ ਸੌਣਾ ਦਿਓ ਕਹਿਨੂੰ ਦੋ ਮਿੰਟ ਦੀ ਮੇਰੀ ਅੱਖ ਲੱਗੀ ਤੇ ਉਸੇ ਵੇਲੇ ਉਹ ਕਰਨਿਆ ਬੇਓ ਐਡਾ ਹੋ ਗਿਆ ਘਰਾੜੇ ਮਾਰਨ ਦੀ ਇੱਕ ਕਿਦਾਂ ਮੇਰਾ ਘਰਾੜਾ ਨਹੀਂ ਵੱਜਾ ਹੋਣਾ ਤੇ ਤੁਸੀਂ ਗੱਲਾਂ ਕਰਨ ਡਿਆ ਪਿਓ ਬਕਵਾਸ ਜਿੰਨੀ ਮਰਜ਼ੀ ਤੁਹਾਡੇ ਕੋ ਕਰਾ ਲਓ ਤੁਸੀਂ ਸਕੂਲਾਂ ਚ ਚੰਗੇ ਭਗਤ ਤੁਹਾਨੂੰ ਕਿਹੜਾ ਅੰਤਰਾ ਕੰਜਰ ਕਰ ਦਿੰਦਾ ਛੁੱਟੀਆਂ ਆ ਗਰਮੀਆਂ ਆ ਦੀਆਂ ਵੀ ਜਾਓ ਘਰਾਂ ਨੂੰ ਜਾ ਕੇ ਸਿਰ ਖਾਓ ਮਾਂ ਪਿਓ ਦਾ ਜਾ ਕੇ ਸੋ ਪਤਲੇ ਗੰਡੇ ਮੈਨੂੰ ਸਮਝ ਸੁਤੀ ਨਹੀਂ ਮੈਂ ਨਹੀਂ ਸੁਤੀ ਚਲ ਮੁੰਡਿਆ ਆ ਪੱਖੀ ਫੜ ਕੇ ਇਧਰ ਨੂੰ ਆ ਚੱਲ ਮਾਰ ਮਾਰੀ ਜੀ ਹਾਂ ਤੁਹਾਡੇ ਮਮਨੇ ਤੁਮਨੇ ਕਰਤਾ ਤੂੰ ਇਹਨੇ ਕਿ ਮਾਪਿਆਂ ਦੀ ਸੇਵਾ ਕਰ ਲੋ ਆਖੀ ਨਹੀਂ ਆ ਜਾਈ ਲੜਨ ਦੇ ਇਹ ਆਗਰੀ ਸ਼ਹਿਰੋਂ ਨਾ ਮੈਨੂੰ ਪਤਾ ਹੈ ਇਹਨਾਂ ਦੀ ਵਾਸ ਵਾਲੀ ਪੌੜੀ ਉਹ ਲੈ ਕੇ ਗਿਆ ਨਾ ਤੇ ਇਹ ਤਾਂ ਪੌੜੀ ਨਹੀਂ ਦਿੰਦੀ ਆਪਣੀ ਕਦੀ ਵੀ ਹੈ ਮੈਨੂੰ ਲੱਗਦਾ ਉਹਨੇ ਆਉਂਦੀ ਨੇ ਉੱਥੋਂ ਬੱਸ ਸਟੈਂਡ ਤੋਂ ਨੇ ਦੂਰੋਂ ਕਿਤੇ ਪੌੜੀ ਵੇਖ ਲਈ ਵੀ ਸਾਡੀ ਪੌੜੀ ਇੰਨਾ ਕਰ ਲੱਗੀ ਓਹੋ ਵਜੂ ਜਾਣਾ ਜਾਣਾ ਪਊ ਸੀ ਘਰ ਦੇ ਪੈਰੇ ਹੁਣ ਹੈ ਤੋਪ ਬੜੀ ਆ ਇਹਨਾਂ ਦੀ ਬੋਰ ਦੀ ਸ਼ਾਂ ਆ ਗਈ ਉਹ ਨਹੀਂ ਉੱਥੇ ਖਲੋਕ ਵੇਖ ਲੈਣੇ ਕੀ ਪਾਣਾ ਵਾਪਰਦਾ ਹੁਣ ਇਹਨਾਂ ਦੇ ਘਰੇ ਹੈ ਜਾਨੀ ਕੁੜੀਆ ਜਾ ਚਾਹ ਰੱਖ ਮਾੜੀ ਜੀ ਆਜੇ ਲਾਗੀ ਜਾਣਾ ਟਾਈਮ ਜਾ ਰਿੰਦ ਕੇ ਚਾਬਣ ਫੇਰੀ ਜਾਨੀ ਮੈਂ ਜਾ ਜਾ ਤੁਰਪਾ ਸੌਣ ਹੀ ਨਹੀਂ ਦਿੰਦਾ ਕਿਤੇ ਚਾਉਣਾ ਓਹੋਈ ਗੱਲ ਜਾ ਚੁਣ ਛੇਤੀ ਘਰ ਮੈਂ ਜਾਣਾ ਉੱਧਰ